It's your body, Hori Baba. ਜੇ ਹੋਰ ਵੀ ਕਿਸੇ ਕਿਸਾਨ ਵੀਰ ਨੇ ਪੈਲੀ ਰੀਸ ਤੇ ਦੇਣੀ ਹੋਵੇ 20 ਸਾਲ ਦੀ ਉਹ ਉੱਥੇ ਪਹੁੰਚ ਕੇ ਦੇ ਸਕਦਾ ਏ ਤੇ ਉਦੋਂ ਅਸੀਂ ਉੱਠੇ ਨਾ ਅਸੀਂ ਲੈ ਲਿਆ ਇਸ ਗੱਲ ਨੂੰ ਹਾਸੇ 'ਚ ਅਸੀਂ ਆਖਿਆ ਵੀ ਐਵੇਂ ਕਿਵੇਂ ਕੋਈ ਸਾਡੀਆਂ ਜ਼ਮੀਨਾਂ ਦੇ ਪੈਰ ਧਰ ਜੂ ਤੇ ਵੇਲਾ ਅੱਜ ਆਹ ਦਿਨ ਵੇਖਣੇ ਪੈਣ ਦੇ ਹੀ ਦਾਣੇ ਲੈਂਦਾ ਨਹੀਂ ਆ ਨਾ ਹੀ ਉਹ ਝੋਨਾ ਲੈਂਦਾ ਵਾ ਉਹ ਕਹਿੰਦਾ ਤੁਹਾਡੇ ਤਾਂ ਵੇਖਦੇ ਨਹੀਂ ਤੇ ਸਾਡੇ ਕਿੱਥੋਂ ਵੇਖ ਜੂ ਤੇ ਜਿਹੜਾ ਹੈਗਾ ਅਬਾਨੀ ਅਡਾਨੀ ਨਾ ਜੱਟਾਂ ਨੂੰ ਬਰਬਾਦ ਕਰਦਾ ਮੰਡੀ ਕਰਨ ਇਹਨਾਂ ਨੇ ਤੋੜਤਾ ਵਾਲੇ ਦਿਨ ਮਾੜੇ ਆ ਗਏ ਆ दोस्तों जिवें आपां जानदे हां कि अजकल दे मॉडर्न जमाने विच बहुते बच्चे अपना ज़्यादा समा टीवी देखण मोबाइल ते गेम्स खेडण जां सोशल मीडिया ते बतीत करदे आ ते बहुत घट बच्चे आ जो कि अपने देश बारे सोचदे आ जां उन्हां नूं कुछ सोशल मुद्दे आ उन्हां दी जानकारी होवे पर एक बच्चा जिसका नाम है गुरसेवक सिंह जो कि 7वीं क्लास विच पढ़दा ते उसदे साथी हमेशा ही देश प्रेम दीआं गल्लां करदे आ ते कुछ ना कुछ अजिहियां वीडियो लैके आउंदे आ जिन्हां नूं वेख के हर एक बंदा हैरान रह जांदा क्योंकि हर एक वीडियो राही एक वक्खरा ही मैसेज दिंदे आ। सो आओ आपां सब तो पहला गुरसेवक सिंह ते उन्हां दे साथियों वालों तैयार की है पूरी वीडियो देख लैने आ। किसान जहे बंदियां ने जांदे हुंदे सी उदों असीं तेरे अर्गे मुंडे खुंडे हां नौजवान हां पुत ते उदों असीं उठे ना असीं लै लिया इस गल नूं हासे च ਅਸੀਂ ਆਖਿਆ ਵੀ ਐਵੇਂ ਕਿਵੇਂ ਕੋਈ ਸਾਡੀਆਂ ਜ਼ਮੀਨਾਂ ਦੇ ਪੈਰ ਧਰ ਜੂ ਤੇ ਵੇਲਾ ਅੱਜ ਆਹ ਦਿਨ ਵੇਖਣੇ ਪੈਣ ਦੇ ਹੀ ਉਹ ਜਿਹੜਾ ਡਾਂਡੀਆਂ ਡਾਂਡੀਆਂ ਲਾਈ ਉਹਨੇ ਸਾਡਾ ਚੁਕਤ ਆ ਜਾ ਪਉ ਨੱਥਾ ਸਿਆ ਆਇਆ ਬੜੇ ਚਿਰਾਂ ਬਾਦੋਂ ਮੈਂ ਆਇਆ ਆਇਆ ਬੈਠ ਜਾ ਬੈਠ ਜਾ ਆਇਆ ਆ ਮੰਜਾ ਟੁੱਟਾ ਧਿਆਨ ਨਾ ਨਵਾਂ ਬਣਾ ਲੈਣਾ ਸੀ ਨਵਾਂ ਕੀ ਬਣਾਉਣਾ ਤੈਨੂੰ ਦੱਸਦੇ ਆ ਹੋਰ ਪਹਿਲਾਂ ਬਾਹਰ ਦਾ ਸੁਣਾ ਕਿਵੇਂ ਆ ਵਿਦੇਸ਼ਾਂ ਚ ਬਾਹਰ ਦਾ ਤੈਨੂੰ ਕੀ ਦੱਸਾਂ ਦਿਹਾੜੀਆਂ ਕਰ ठीक ठीक आ दे कुड़िये कुड़िये नी चाह बना के ले आ चाह ले आ बापू चाह कित्थों लियावा घरे ना खांडा ना पत्ती आ वीरे नूं तीन दिन पहला आख्या ही मैं ते गल सुन मेरी हट्टी तो जाके ते ओनू कोई दाने दे आ है ते ओ तो लाया आ खांड पत्ती चाह तैनूं मैं पहला आख्या चाह चाह ਦਾਣੇ ਲੈਂਦਾ ਨਹੀਂ ਆ ਨਾ ਹੀ ਉਹ ਝੋਨਾ ਲੈਂਦਾ ਵਾ ਉਹ ਕਹਿੰਦਾ ਤੁਹਾਡੇ ਤਾਂ ਵੇਖਦੇ ਨਹੀਂ ਤੇ ਸਾਡੇ ਕਿੱਥੋਂ ਵੇਖ ਜੂ ਹੱਟੀ ਵਾਲੇ ਅੰਕਲ ਉਹ ਕਹਿੰਦਾ ਪੈਸੇ ਲੈ ਕੇ ਆ ਉਹ ਪੈਸੇ ਲਾ ਆ ਹਾਲੀ ਪੰਜਾਬ ਦੀ ਪਹਿਲਾਂ ਇਸੇ ਕਿੰਨੇ ਜਾਣੇ ਆਉਂਦੇ ਆ ਹੋਰ ਗੁਰਗਾ ਵੇਲੀ ਚ ਟਰੈਕਟਰ ਖਲੋਤੇ ਹੁੰਦੇ ਸੀ ਭਾਊ ਟਰੈਕਟਰ ਕਾਸ਼ ਕੁੱਟੀ ਦੀ ਸੀ ਕਾਸ਼ ਇੱਥੇ ਗੁਰਗਾ ਇੱਥੇ ਰੌਣਕਾਂ ਲੱਗੀਆਂ ਰਹਿਣੀਆਂ ਚਾਹ ਆਪੇ ਬੇਬੇ ਤੋਂ ਤਿਆਰ ਹੋ ਕੇ ਅੰਦਰੋਂ ਆ ਜਾਂਦੀ ਸੀ ਹੁਣ ਚਾਹ ਵੀ ਨਹੀਂ ਨਸੀਬ ਹੁੰਦੀ ਹੁਣ ਵੇਲਾ ਕੀ ਆ ਵੇਲਾ ਮੇਰੀ ਤੇ ਚਾਦਰ ਵੀ ਪਾਟੀ ਪਈ ਹੂ ਡੰਗਰ ਜਦੋਂ ਦਈ ਮਾਂ ਮਾਂ ਕਰਦੇ ਹੁੰਦੇ ਆ ਕੀ ਆਈ ਵਾ ਦੁੱਧ ਵੀ ਆ ਹੀ ਪੱਟੇ ਤੈਨੂੰ ਸੋਣ ਕਿੱਥੋਂ ਮੱਝਾ ਹੁਣ ਗੁਰੂਆ ਮੱਝਾਂ ਕੀ ਡੇਰੀ ਫਾਰਮ ਆ ਗਏ ਵੱਡੇ ਵੱਡੇ ਉਹਨਾਂ ਸਭ ਕੁਝ ਤਬਾਹ ਹੀ ਕਰਤਾ ਪੈਸਾ ਰਹਿ ਕੋਈ ਨਹੀਂ ਗਿਆ ਤੇ ਜਿਹੜਾ ਹੈਗਾ ਅਬਾਨੀ ਅਡਾਨੀ ਨਾ ਜੱਟਾਂ ਨੂੰ ਬਰਬਾਦ ਕਰਦਾ ਮੰਡੀ ਕਰਨ ਇਹਨਾਂ ਨੇ ਤੋੜਤਾ ਕਣਕ ਕੁਣਕ ਦਾਣ ਕੀ ਤਰ੍ਹਾਂ ਕਣਕ ਕੁਣ ਭਰਾਵਾ ਰੇਟ ਹੀ ਕੋਈ ਨਹੀਂ ਮਿਲਦਾ ਪਹਿਲਾਂ ਮੈਂ ਝੋਨਾ ਲੈ ਗਿਆ ਪਿਛਲੇ ਦਿਨੀ ਰੇਟ ਹੀ ਕੋਈ ਨਹੀਂ ਮਿਲਿਆ ਮੱਕੀ ਦਾ ਰੇਟ ਕੋਈ ਨਹੀਂ ਮਿਲਿਆ ਜੇ ਵਾ ਕੋਈ ਹੋਰ ਕੋਈ ਫਸਲ ਬੀਜਦੀ ਉਹਦਾ ਵੀ ਰੇਟ ਨਹੀਂ ਹੈਗਾ ਦਾਲਾਂ ਦਾ ਕੋਈ ਰੇਟ ਨਹੀਂ ਹੈਗਾ ਕਿਤਾਬਾਂ ਲੈਣ ਵਾਲੀਆਂ ਹਾਲੇ ਉਹਦੀਆਂ ਬੜੀ ਮੰਦੀ ਹਾਲੀ ਮਾਰ ਕੇ ਬਹੁਤ ਜ਼ਿਆਦਾ ਮੈਂ ਨਾ ਕੰਗਾਲ ਹੋ ਗਏ ਆ ਥੱਲੇ ਲੱਗ ਗਏ ਆ ਕੇ ਬੜਾ ਬੜਾ ਆ ਬਾਹਰੋਂ ਲਈ ਹੂ ਵਾਹਿਗੁਰੂ ਜੀ ਕਾ ਖਾਲਸਾ ਆਹੋ ਸੁਣਦੇ ਆ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਭਾਈ ਨਗਰ ਨਿਵਾਸੀਓ, ਪਿੰਡ ਜਾਣਕਿਆਂ ਦੇ ਵਿੱਚ ਅਡਾਨੀਆਂ ਅਬਾਨੀਆਂ ਦਾ ਦਫ਼ਤਰ ਖੁੱਲ੍ਹਾ ਏ। ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਬੰਦੇ ਨੇ ਪੈਲੀ ਰਿਲੀਜ਼ 'ਤੇ ਦੇਣੀ ਹੋਵੇ ਠੇਕੇ 'ਤੇ 20 ਸਾਲ ਲਈ, ਉਹਨਾਂ ਦੇ ਦਫ਼ਤਰੇ ਆ ਕੇ ਗੱਲਬਾਤ ਕਰ ਸਕਦਾ ਏ, ਕਿਉਂਕਿ ਪਿੰਡ ਦੇ ਬਹੁਤ ਸਾਰੇ ਬੰਦਿਆਂ ਨੇ ਪੈਲੀ ਅਡਾਨੀਆਂ ਨੂੰ ਗਹਿਣੇ ਕਰ ਦਿੱਤੀ ਆ, ਠੇਕੇ 'ਤੇ ਰਿਲੀਜ਼ 'ਤੇ ਦੇ ਦਿੱਤੀ ਆ। ਜੇ ਹੋਰ ਵੀ ਕਿਸੇ ਕਿਸਾਨ ਵੀਰ ਨੇ ਪੈਲੀ ਰਿਲੀਜ਼ 'ਤੇ ਦੇਣੀ ਹੋਵੇ 20 ਸਾਲ ਲਈ, ਉਹ ਉੱਥੇ ਪਹੁੰਚ ਕੇ ਦੇ ਸਕਦਾ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਰਾਵਾ ਰਿਲੀਜ਼ 'ਤੇ ਦੇ ਦਈਏ ਪੈਲੀ ਇਹਨਾਂ ਨੂੰ। ਮਿੱਟੀ ਖਾ ਲਈਏ ਖੇਤਾਂ ਚੋਂ, ਕੱਟ ਕੱਟ ਕੇ ਬਚਦਾ ਤੇ ਕੁਝ ਹੈਗਾ ਨੀ। ਆਹੋ ਚਲੋ ਦੇ ਦਈਏ ਰਿਲੀਜ਼ 'ਤੇ, ਪਤਾ ਕਰਕੇ ਆਈਏ। ਹੋਰ ਇੱਥੇ ਫਾਹੇ ਲੱਗ ਜਾਈਏ ਫਿਰ, ਗਰੀਬੀ ਆ ਗਈ ਆ ਕਿ ਜਾ ਇੱਥੇ ਰੌਣਕਾਂ ਹੁੰਦੀਆਂ ਸੀ ਪੰਜਾਬ ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਹਾਂਜੀ ਬਾਪੂ ਜੀ, ਇਹ ਨਾ ਅਸੀਂ ਦੇਣੀ ਠੇਕੇ ਤੇ ਪੈਲੀ ਰਿਲੀਜ਼ ਤੇ। ਹਾਂਜੀ ਹਾਂਜੀ, ਅਲੋਟਮੈਂਟ ਹੋਈ ਸੀ ਪਿੰਡ ਕੋਲ। ਹਾਂਜੀ ਹਾਂਜੀ, ਸਾਰੀ ਆ, ਸਾਰਿਆਂ ਨੇ ਦੇਤੀ, ਤੁਹਾਡੇ ਸਾਰੇ ਪਾਸੇ ਪੂਸੇ ਤੇ ਜਿੰਨੀ ਵੀ ਪੈਲੀ ਆ ਨਾ ਸਾਰਿਆਂ ਨੇ ਦੇਤੀ ਆ। ਨੰਬਰਦਾਰਾਂ ਵੀ ਦੇਤੀ ਇਹਨਾਂ ਦੀ, 40 ਕਿੱਲੇ ਪੈਲੀ ਸੀ। ਹਾਂ ਇਹਨਾਂ ਨੇ 40 ਕਿੱਲੇ ਦੇਤੀ, ਤੁਸੀਂ ਐਵੇਂ 3 ਕਿੱਲੇ ਲੜਾਈ ਕਰਦੇ। ਸੰਤੇ ਨੇ ਵੀ ਦੇਤੀ, ਬੰਤੇ ਨੇ ਵੀ ਦੇਤੀ, ਸੁੰਦਰ ਸਿੰਘ ਨੇ ਵੀ ਦੇਤੀ, ਬੰਤੇ ਸਾਰਿਆਂ ਨੇ ਦੇਤੀ ਆ। ਠੀਕ ਆ ਜੀ ਠੀਕ ਆ। ਇਹ ਕਿੰਨਾ ਜੀ ਇਹਦਾ ਫਿਰ ਸਾਲ ਦਾ? ਸਾਲ ਦਾ ਤੈਨੂੰ 5000 ਦੇ ਦਾਂਗੇ। ਸਾਡਾ ਅੱਜ ਦਾ ਸਾਰਾ ਨਾਟਕ, ਜਿਸ ਦੇ ਵਿੱਚ ਅਸੀਂ ਦਰਸਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਕੀ ਹਾਲਤ ਹੋਣ ਜਾ ਰਹੀ ਹੈ, ਅਤੇ ਜਿਹੜੇ ਅਡਾਨੀ ਅਬਾਨੀ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪ੍ਰਕਾਰ ਕਿਸਾਨਾਂ ਦੇ ਉੱਤੇ ਆਪਣੇ ਤਿੱਖੇ ਵਾਰ ਚਲਾਉਣ ਵਾਲੇ ਨੇ। ਇੱਧਰ ਸਾਡੇ ਨਾਲ ਮੁਲਤਾਨ ਸਿੰਘ, ਇਸ ਨਾਟਕ ਦੇ ਵਿੱਚ 9ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ, ਇਸ ਦੇ ਨਾਲ ਹੀ ਮੇਰਾ ਨਾਮ ਮਹਿਕਦੀਪ ਸਿੰਘ, ਮੇਰਾ ਪਿੰਡ ਕਿੜੀਆਂ, ਮੈਂ 6ਵੀਂ ਕਲਾਸ ਦਾ ਵਿਦਿਆਰਥੀ ਹਾਂ। 6ਵੀਂ ਜਮਾਤ ਦੇ ਵਿਦਿਆਰਥੀ ਨੇ, ਇਸ ਦੇ ਨਾਲ ਹੀ ਕੁੰਦਨ ਸਿੰਘ ਜਿਹੜੇ ਕਿ LKG ਦੀ ਜਮਾਤ ਦੇ ਵਿਦਿਆਰਥੀ ਨੇ, ਬਹੁਤ ਛੋਟੇ ਜਿਹੜੇ ਵਿਦਿਆਰਥੀ ਇਸ ਨਾਟਕ ਦੇ ਵਿੱਚ ਅਸੀਂ ਲਏ ਆ। ਸੋ ਇਸ ਦੇ ਨਾਲ ਨਾਲ ਹੀ ਇੱਧਰ ਸਾਡਾ ਕਿਰਨਦੀਪ ਕੌਰ ਜਿਹੜੇ ਕਿ 11ਵੀਂ ਜਮਾਤ ਦੇ ਵਿਦਿਆਰਥੀ ਨੇ, ਅਤੇ ਯੋਧਵੀਰ ਸਿੰਘ, ਮੇਰਾ ਨਾਮ ਯੋਧਵੀਰ ਸਿੰਘ, ਮੈਂ ਮੇਰੀ ਜਮਾਤ 6ਵੀਂ ਹੈ। ਇਸ ਦੇ ਨਾਲ ਹੀ ਦਾਸ ਗੁਰਸੇਵਕ ਸਿੰਘ ਗਿੱਲ 7ਵੀਂ ਜਮਾਤ ਦਾ ਵਿਦਿਆਰਥੀ ਹੋਣ ਦੇ ਨਾਤੇ ਅੱਜ ਅਸੀਂ ਸਾਰੀ ਇਹ ਜਿਹੜਾ ਨਾਟਕ ਹੈ ਪੇਸ਼ ਕੀਤਾ ਵਾ, ਵੀ ਜਿਹੜੇ ਨੌਜਵਾਨ ਭਰਾ ਵਾ ਉਹਨਾਂ ਨੂੰ ਜਗਾਉਣ ਦੇ ਲਈ, ਵੀ ਨੌਜਵਾਨ ਨੂੰ ਵੱਧ ਚੜ੍ਹ ਕੇ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਸੜਕਾਂ 'ਤੇ ਆਈਏ ਅਤੇ ਮੋਦੀ ਸਰਕਾਰ ਨੂੰ ਦੱਸੀਏ ਜਿਹੜਾ ਦਿੱਲੀ ਦਾ ਸਾਨੂੰ ਔਖਾ ਆਇਆ ਵਾ, ਉਸ ਔਖੇ 'ਤੇ ਡਟ ਕੇ ਆਪਾਂ ਪਹਿਰਾ ਦਈਏ। ਸੋ ਭਰਾਓ, ਜੇ ਕਿਸੇ ਵੀਰ ਨੇ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹੈ 8965774 93। ਇੱਕ ਵਾਰ ਫਿਰ ਮੈਂ ਰਿਪੀਟ ਕਰਨ ਦੇਣਾ ਚਾਹੁੰਦਾ ਵਾਂ, 8965774 93। ਸੋ ਧੰਨਵਾਦ ਸਾਥੀਓ, ਸਾਡਾ ਪੇਜ ਵੀ ਹੈ ਇੱਕ ਜਿਸ ਦਾ ਨਾਮ ਹੈ ਗੁਰਸੇਵਕ ਸਿੰਘ ਗਿੱਲ ਦੇ ਨਾਂ 'ਤੇ, ਸਾਡਾ ਪੇਜ ਹੈ ਫੇਸਬੁੱਕ ਦਾ ਗੁਰਸੇਵਕ ਸਿੰਘ ਗਿੱਲ ਦੇ ਨਾਂ 'ਤੇ। ਸੋ ਭਰਾਓ,
वीडियो वधिया लगी था दब के शेयर करियो। वाहेगुरु जी का खालसा वाहेगुरु जी की फतेह। सो दोस्तों जिवें तुसी गुरसेवक सिंह ते उन्हां दे साथियों वल्लों तैयार ये वीडियो देखी जिस विच उन्हां ने मैसेज दिता कि जेकर साडे देश दे नौजवान हुण ना जागे तां जदों ओह बुढ़ापे विच होणगे उन्हां दे की हालात होणगे, किस तरह उन्हां दीआं जमीनां उन्हां दे हत्थों निकल जाणगीआं ते किस तरह उन्हां नूं गरीबी दा जीवन बतीत करना पऊगा। सो मैनूं उम्मीद है कि तुहानूं ये वीडियो पसंद आई होगी। जेकर वीडियो वधिया लगी तां वीडियो नूं लाइक जरूर करो ते इस वीडियो बारे तुहाडे की विचार आ कमेंटा में जरूर दस्यो। तो जेकर तुसी किसानों की सपोर्ट करते हो तो इस वीडियो में ज्यादा तो ज़्यादा अपने सारे दोस्त मित्रों नाल जरूर शेयर कर दियो। होर ताज़ा अपडेट्स लिए अपने चैनल में जरूर सबसक्राइब कर लो ते नाल आ रहे बैल दे बटन दे क्लिक कर दियो ता जो अपनी हर एक वीडियो तुहाडे तक सब तो पहला पहुँच सके। सो जी इन्हें शब्दों नाल लैने आई तो मिलते हैं किसी होर वीडियो नाल। सत श्री अकाल जी।